सब्जेक्ट जेड़ा ना वो सब तो पावरफुल चीज हुंदी है और एक विलक्षण सब्जेक्ट है। ये जिहड़ियां मुहब्बतां ने इसे तरह जीउंदियां वसदियां रहन, पंजाबी सिनेमा इसे तरह नवे नवे एक्सपैरिमेंट करे, नवी नवी कहानियां दे उत्ते अच्छा काम होवे और असीं सारे जणे सिनेमे दा हिस्सा है और परमात्मा करे शाला के कदे भी किते कुड़त्तण ना होवे। इसे तरह पंजाबी सिनेमा जिंदाबाद रहे, पंजाबीयत जिंदाबाद रहे, जिथे पंजाबियों का पैर उत्थे सदा खैर। कहा जाता है कि फिल्मां बहुत बेहतरीन ने, लेकिन कुछ फिल्मां दा चलना किन्ना चलना, लेकिन जदों अच्छी फिल्म बनाता है कोई भी प्रोड्यूसर कोई भी डायरेक्टर, वो अपना जी जान लगा के बनाता है। सारे बहुत ज्यादा ओवरवेलम्ड हैं, खुश हैं, इमोशनल भी हैं, थोड़े जे नर्वस भी हैं, एक्साइटेड भी हैं, पर सारी चीजें अपनी जगह। मैं बहुत खुश हूँ कि पापा आज अपना थोड़ा सा टाइम कट के पहुंचे हैं। देसी चैनल वेख रहे सारे ही दर्शकों नू मेरे यानी सिमरन हंस वालों प्यार ते सत्कार भरी सत श्री अकाल। हे सीरी वे सीरी फिल्म दी स्पेशल स्क्रीनिंग ते पहुंचे हां। सो इस फिल्म दे विच लीडिंग रोल प्ले कर रहे ने आर्या बब्बर, श्वेता इंद्रा कुमार, हरदीप गिल ते मैडम अनीता देवगन। फिल्म दी स्पेशल स्क्रीनिंग दे मौके ते असीं फिल्म वेखांगे, स्टारकास्ट दे नाल गलबात करांगे ते फिल्म वी वेखणी है। आओ चलदे हां जी, सब तो पहले हे सीरी वे सीरी फिल्म वेखण। सत श्री अकाल जी सारिया नू, थैंक यू ਤੁਸੀਂ ਸਾਰੇ ਜਣੇ ਆਏ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ। ਅੱਜ ਸਾਡੇ ਲਈ ਬੜਾ ਖਾਸ ਦਿਨ ਆ ਕਿ ਸਾਡੀ ਬੜੀ ਪਿਆਰੀ ਬੜੀ ਕਿਊਟ ਫਿਲਮ ਜਿਹਨੂੰ ਅਵਤਾਰ ਭਾਜੀ ਨੇ ਡਾਇਰੈਕਟ ਕੀਤਾ ਤੇ ਸਾਡੇ ਹੀਰੋ ਆਰਿਆ ਬੱਬਰ, ਸ਼ਵੇਤਾ ਜੀ, ਮੈਂ ਹਰਦੀਪ ਜੀ, ਅਸੀਂ ਇਸ ਫਿਲਮ ਦੇ ਵਿੱਚ ਅਦਾਕਾਰੀ ਕਰ ਰਹੇ ਹਾਂ ਔਰ ਜਿੰਨਾ ਕੁ ਟ੍ਰੇਲਰ ਵਾਇਰਲ ਹੋਇਆ, ਜਿੰਨਾ ਕੁ ਤੁਸੀਂ ਟ੍ਰੇਲਰ ਨੂੰ ਪਿਆਰ ਦਿੱਤਾ, ਉਹਦੇ ਤੋਂ ਸਾਨੂੰ ਲੱਗ ਰਿਹਾ ਕਿ ਸਾਨੂੰ ਫਿਲਮ ਦਾ ਵੀ ਵੱਡਾ ਹੁੰਗਾਰਾ ਮਿਲੇਗਾ ਔਰ ਬਹੁਤ ਅੱਛਾ ਹੁੰਗਾਰਾ ਮਿਲੇਗਾ। ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਟ੍ਰੇਲਰ ਜ਼ਰੂਰ ਦੇਖਿਆ ਹੋਏਗਾ ਤੇ ਸਾਨੂੰ ਇਹ ਲੱਗ ਰਿਹਾ ਕਿ ਅਸੀਂ ਚਾਰੇ ਜਣੇ ਬਹੁਤ ਕਿਊਟ ਲੱਗ ਰਹੇ, ਬੜੇ ਸਵੀਟ ਲੱਗ ਰਹੇ। ਵੈਸੇ ਤਾਂ ਅਸੀਂ ਹੈਗੇ ਵੀ ਹਾਂ ਪਰ ਟ੍ਰੇਲਰ ਦੇ ਵਿੱਚ ਫਿਲਮ ਦੇ ਵਿੱਚ ਅਸੀਂ ਜ਼ਿਆਦਾ ਲੱਗਾਂਗੇ, ਕਿੰਨੇ ਕੁ ਲੱਗਾਂਗੇ ਇਹ ਹੁਣ ਅੰਦਰ ਜਾ ਕੇ ਦੇਖਦੇ ਹਾਂ ਤੇ ਬਾਕੀ ਦੀਆਂ ਗੱਲਾਂ ਜਿਹੜੀਆਂ ਮੈਂ ਜਦੋਂ ਵਾਪਸ ਆਵਾਂਗੇ ਬਾਹਰ ਉਦੋਂ ਤੁਹਾਡੇ ਬਹੁਤ ਸਾਰੇ ਸਵਾਲ ਵੀ ਹੋਣਗੇ ਕਿਉਂਕਿ ਤੁਸੀਂ ਫਿਲਮ ਦੇਖ ਚੁੱਕੇ ਹੋਵੋਗੇ। ਸਾਡੇ ਲਈ ਅੱਜ ਸਭ ਤੋਂ ਵੱਡੇ ਮਾਣ ਤੇ ਖੁਸ਼ੀ ਵਾਲੀ ਗੱਲ ਇਹ ਹੈਗੀ ਕਿ ਸਾਡੇ ਚੀਫ ਗੈਸਟ ਰਾਜ ਬੱਬਰ ਜੀ ਅੱਜ ਸਾਡੇ ਦਰਮਿਆਨ, ਪੰਜਾਬੀ ਸਿਨੇਮੇ ਦਾ ਉਹ ਸਥਾਕਰ ਜਿਨ੍ਹਾਂ ਦੀਆਂ ਫਿਲਮਾਂ ਦੇਖਦੇ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਅਸੀਂ ਕਦੀ ਪੰਜਾਬੀ ਸਿਨੇਮੇ ਦਾ ਹਿੱਸਾ ਬਣਾਂਗੇ ਤੇ ਅੱਜ ਚਾਹੇ ਇਹ ਛੋਟੀ ਜਿਹੀ ਸਟੇਜ ਹੀ ਆ ਉਹਨਾਂ ਦੇ ਨਾਲ ਸ਼ੇਅਰ ਕਰਦਿਆਂ ਮੈਂ ਬਹੁਤ ਖੁਸ਼ੀ ਤੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਔਰ ਆਹ ਵਾਲੇ ਪਲ ਮੈਂ ਸੋਚਦੀ ਹਾਂ ਕਿ ਮੇਰੀ ਜ਼ਿੰਦਗੀ ਦੇ ਬਹੁਤ ਖੂਬਸੂਰਤ ਪਲ ਨੇ ਜਦ ਮੈਂ ਰਾਜ ਜੀ ਵਰਗੇ ਲੀਜੈਂਡ ਦੇ ਨਾਲ ਖੜੀ ਹਾਂ। ਥੈਂਕ ਯੂ ਰਾਜ ਜੀ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਾਰੇ ਦਾ? ਸਭ ਤੋਂ ਪਹਿਲਾਂ ਥੈਂਕ ਯੂ ਜੀ, ਸਭ ਤੋਂ ਪਹਿਲਾਂ ਥੈਂਕ ਯੂ ਸੋ ਮੱਚ, ਤੁਸੀਂ ਸਾਰੇ ਇੱਧਰ ਆਏ ਹੋ, ਸਾਡੀ ਫਿਲਮ ਨੂੰ ਸਪੋਰਟ ਕਰ ਰਹੇ ਹੋ। ਇਹ ਫਿਲਮ ਅੱਜ ਜੋ ਵੀ ਮੁਕਾਮ ਤੱਕ ਪਹੁੰਚ ਰਹੀ ਹੈ, ਮੈਂ ਸਭ ਤੋਂ ਪਹਿਲਾਂ ਸਾਡੇ ਪ੍ਰੋਡਿਊਸਰ ਸਾਹਿਬ ਅਮਰ ਸਾਹਿਬ, ਅਮਰ ਸਾਹਿਬ ਪਲੀਜ਼ ਇੱਧਰ ਆਓ, ਅਮਰ ਸਾਹਿਬ, ਗੌਰਵ ਜੀ ਪਲੀਜ਼ ਇੱਧਰ ਆਓ, ਪਲੀਜ਼ ਪਲੀਜ਼ ਸਟੇਜ ਤੇ ਆਓ, ਪਲੀਜ਼ ਪਲੀਜ਼ ਪਲੀਜ਼। ਮੈਂ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ, ਜਿਵੇਂ ਅੱਜ ਇਹ ਫਿਲਮ ਸਭ ਦੇ ਕੋਲ ਪਹੁੰਚ ਰਹੀ ਹੈ, ਆਡੀਅੰਸ ਨੂੰ ਟ੍ਰੇਲਰ ਪਸੰਦ ਆ ਰਿਹਾ, ਸਭ ਕੁਛ ਹੈ, ਇਹ ਤੁਹਾਡੇ ਕਰਕੇ ਹੈ। ਜਿਹੜੇ ਤਰੀਕੇ ਨਾਲ ਤੁਸੀਂ ਹਮੇਸ਼ਾ ਮੈਨੂੰ ਸਪੋਰਟ ਕਰਦੇ ਹੋ, ਪਰਿਵਾਰ ਨੂੰ ਸਪੋਰਟ ਕਰਦੇ ਹੋ, ਥੈਂਕ ਯੂ ਸੋ ਮੱਚ। ਐਂਡ ਅਸੀਂ ਸਾਰੇ ਬਹੁਤ ਜ਼ਿਆਦਾ ਓਵਰਵੈਲਮਡ ਹੈ, ਖੁਸ਼ ਹੈ, ਇਮੋਸ਼ਨਲ ਵੀ ਹੈ, ਥੋੜ੍ਹੇ ਜਿਹੇ ਨਰਵਸ ਵੀ ਹੈ, ਐਕਸਾਈਟਡ ਵੀ ਹੈ, ਪਰ ਸਾਰੀ ਚੀਜ਼ਾਂ ਆਪਣੀ ਜਗ੍ਹਾ। ਮੈਂ ਬਹੁਤ ਖੁਸ਼ ਹਾਂ ਕਿ ਪਾਪਾ ਅੱਜ ਆਪਣਾ ਥੋੜ੍ਹਾ ਜਿਹਾ ਟਾਈਮ ਕੱਟ ਕੇ ਇੱਥੇ ਪਹੁੰਚੇ ਹਾਂ ਐਂਡ ਮੇਰੀ ਬਹੁਤ ਦਰਖਾਸਤ ਹੋਵੇਗੀ ਕਿ ਪਾਪਾ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਵੀ ਕਰੇ ਫਿਲਮ ਬਾਰੇ ਵੀ, ਅਤੇ ਜੋ ਵੀ ਉਹਨਾਂ ਦਾ ਮਨ ਕਰਦਾ ਉਹ ਕਰਨੇ, ਮੈਂ ਉਹਨਾਂ ਨੂੰ ਕੀ ਕਹਾਂਗਾ। ਦਰਅਸਲ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਚੰਡੀਗੜ੍ਹ ਦੀ ਪ੍ਰੈਸ, ਖਾਸ ਕਰ ਪੰਜਾਬ ਦੀ ਪ੍ਰੈਸ, ਜਿਸਨੇ ਹਮੇਸ਼ਾ ਫਿਲਮਾਂ ਨੂੰ ਵੀ ਆਸ਼ੀਰਵਾਦ ਦਿੱਤਾ ਹੈ ਅਤੇ ਮੈਨੂੰ ਵੀ ਆਪਣਾ ਪਿਆਰ ਦਿੱਤਾ ਹੈ।
मेरा पुत्र ने मैं कहा कि मैं चीफ गेस्ट हाँ, शायद किसी भी पंजाबी फिल्म वास्ते मैं चीफ गेस्ट नहीं हो सकता। और फिर है तो दो मकसद ने इस फिल्म से आने दे, एक तो फिल्म बहुत बेहतरीन बनी, कुछ कहा जाता है कि फिल्म बहुत बेहतरीन ने, लेकिन कुछ फिल्म फिल्मों का चलना किन्ना चलना, लेकिन जो अच्छी फिल्म बनाता है कोई भी प्रोड्यूसर कोई भी डायरेक्टर, वो अपना जी जान लगा के बनाता है और उन्हें पता होता है कि उन्हें, और मैं बड़े दावे नाल कह सकना कि चार किरदार इतने जो खलोते हुए ने, हीरोइन शायद थोड़ी देर च होर आ जाएगी, हीरोइन का रिप्लेसमेंट असं करते हैं असली हीरोइन मेरी लाइफ की मेन हीरोइन आई हुई है आज असली वाली करता है सी हरदीप जी, अनीता जी, और अभी आई नहीं है बच्ची वो आने वाली, हाँ श्वेता आने वाली हैं, और आर्या, शायद इनके लिए ये वन ऑफ द फिल्म तो नहीं हो सकती, मुझे उम्मीद है ये फिल्मों में जिस तरह से मेरे लिहाज से हरदीप जी की और अनीता की जो जोड़ी है, मैंने इनके बारे में सुना, दीजिए ये भी आ गई अब मेरी समझ में आ रहा, मैं जो कहूँ सर श्वेता भी हैं, एक अच्छी फिल्म बनी है, अच्छी इसकी अदाकारी थी, बहुत खूबसूरत है फिल्म, एक बार जब तुम अंदर जाओगे जब बाहर निकलोगे तो यू विल बिलीव दिस, मैं जो कह रहा था वो गलत नहीं, और मेरा ये दिल गवाही दे रहा है कि फिल्म बहुत चले, और हो सकता है कि मैं शायद इमोशन करके भी बोल रहा, लेकिन अगर बहुत लाया तो चलेगी, इन्नी चलेगी कि शायद इस तरह दिया फिल्म बहुत दिन हो गए ने आया हुआ, मेरे कुलीग रहे ने कुलीग कवा मेरे मेरे ही इंस्टीट्यूट तो शुरुआत की थी है, मैं इन्होंने इंस्टीट्यूट तो शुरुआत करके गया था पंजाबी यूनिवर्सिटी से, अवतार जी इस डायरेक्टर ने, और बहुत ही जहीन काम किया है, बहुत खूबसूरत काम किया है इन्होंने, अपने आर्टिस्टों को भी बहुत ही अच्छा काम कराया, दो प्रोड्यूसर यहाँ पर हैं, इनकी कंपनियां यहाँ पर कहाँ नजर नहीं आ रही, अमर साहब पीछे सामने आज नहीं आ रहे, रात को लेट हो गए तो अमर साहब आगे नहीं आ रहे हैं, लेकिन अमर साहब गौरव साहब, लेकिन सबसे आगे देखिए हमारी एक प्रोड्यूसर खड़ी हुई है शिखर, उन्होंने कहा जी मैं तो रात को जल्दी सो गई थी तो पंजाबियों का सिनेमा है जी, और पंजाबियों के सिनेमा के कुछ प्रोड्यूसर तो चंगे होने चाहिए, रात गुजारन अपने चंगी तरह तो एक तो जल्दी सो गए सन, बट आप उम्मीद कीजिए कि इस फिल्म की जो खूबसूरती यही है बस यही ऐसी मजाक, जो मेरे जैसा बंदा जो ऐसी बातें कर रहा है इसका मतलब बहुत साफ है, क्या फिल्म तुम बैन नहीं दे, लेकिन बहुत अच्छा मैसेज भी है इस फिल्म के, एक बहुत ही खूबसूरत तरीके नाल बड़े मजाहिया अंदाज के नाल इस फिल्म की कहानी नू किया गया, और जब ये चारों में कहना कट्ठे निकलना भाई, दो अगर पहला निकला एक अगर पहला निकला तो तरीफ सारी वो ना ले गए, तो गॉड ब्लेस एवरीवन एंड थैंक यू सो मच कि आप लोगों ने यहाँ हेरा जाना मैं अपने हिंदी से तुम्हें लोगों ने मनु इस फिल्म वास्ते जरा ही थोड़े नाल रूबरू होने का मौका दिता है, शुक्रिया, सत श्री अकाल जी सारिआं नूं, राज जी होरां नूं सल्यूट, और तुहानूं सभ नूं भी बहुत बहुत निक्की सत श्री अकाल, तुसीं आए हो फिल्म बारे बहुत सारियां गल्लां जिहड़ियां ने होईआं ने, ते क्योंकि मैं इस बारे ज़्यादा नहीं बोलांगा, हुण तुसीं फिल्म देख ही लैणी है, उस तों बाद तुसीं की महसूस करदे हो वो तुहानूं खुद पता लग जाणा, ते बहुत धन्नवादी हां मैं अवतार जी होरां दा कि मैं इहनां दे नाल पहली फिल्म कीती है, ते बहुत थोड़े समय के एड्डी वधिया फिल्म इन्होंने बनाई, इन्होंने काम करना बहुत वधिया लगा,
ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਪ੍ਰੋਡਿਊਸਰ ਦਾ, ਆਰਿਆ ਹੋਰਾਂ ਦੇ ਨਾਲ ਵੀ ਕੰਮ ਕੀਤਾ, ਬਹੁਤ ਵਧੀਆ ਲੱਗਾ। ਪਤਾ ਹੀ ਨਹੀਂ ਲੱਗਾ ਕਿ 17-18 ਦਿਨ ਜਿਹੜੇ ਉਹ ਕਿਵੇਂ ਬੀਤ ਗਏ। ਸੋ ਬੜੇ ਅੱਛੇ ਪ੍ਰਭਾਵ ਜਿਹੜੇ ਉਹ ਮੈਂ ਮਹਿਸੂਸ ਕੀਤੇ ਅਤੇ ਬਹੁਤ ਅੱਛਾ ਮਹਿਸੂਸ ਕਰ ਰਿਹਾ, ਅਤੇ ਉਮੀਦ ਹੈ ਕਿ ਤੁਸੀਂ ਵੀ ਇਹ ਫਿਲਮ ਵੇਖ ਕੇ ਅੱਛਾ ਮਹਿਸੂਸ ਕਰੋਗੇ। ਤੁਹਾਨੂੰ ਸਭ ਨੂੰ ਜੀ ਆਇਆ, ਜਿਉਂਦੇ ਵੱਸਦੇ ਰਹੋ, ਰੱਬ ਰਾਖਾ, ਪੰਜਾਬੀ ਸਿਨੇਮਾ ਹਮੇਸ਼ਾ ਜ਼ਿੰਦਾਬਾਦ। ਸਤਿ ਸ਼੍ਰੀ ਅਕਾਲ ਜੀ। ਪਹਿਲੇ ਤਾਂ ਮੈਂ ਕਹਿਣਾ ਚਾਹੂੰਗੀ, ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਦੀ ਹੂੰ ਕਿ ਇਹ ਸਟੇਜ ਮੈਂ ਇਤਨੇ ਬੜੇ ਲੈਜੈਂਡਸ ਕੇ ਸਾਥ ਸ਼ੇਅਰ ਕਰ ਰਹੀ ਹੂੰ, ਇਸ ਮੇ ਮੁਝੇ ਇਨਕੇ ਸਾਥ ਖੜੇ ਰਹਿਣੇ ਕਾ ਮੌਕਾ ਮਿਲਾ ਹੈ। ਐਂਡ ਮੈਂ ਪੂਰੀ ਟੀਮ ਕੋ ਥੈਂਕ ਯੂ ਕਹਿਣਾ ਚਾਹੂੰਗੀ ਦੈਟ ਦੇ ਹੈਵ ਸਪੋਰਟਡ ਮੀ ਔਨ ਈਚ ਐਂਡ ਐਵਰੀ ਸਟੈਪ ਆਫ ਮਾਈਨ ਐਂਟਰਿੰਗ ਦਾ ਪੰਜਾਬੀ ਫਿਲਮ ਇੰਡਸਟਰੀ। ਇਹ ਮੇਰੀ ਡੈਬਿਊ ਫਿਲਮ ਹੈ, ਆਈ ਹੋਪ ਆਪ ਸਭ ਕੋ ਇਹ ਫਿਲਮ ਪਸੰਦ ਆਏ ਔਰ ਆਪ ਸਭ ਕਾ ਕਾਫੀ ਸਾਰਾ ਪਿਆਰ ਮਿਲੇ ਮੁਝੇ। ਥੈਂਕ ਯੂ। ਮੈਨੂੰ ਬੋਲਣਾ ਪਏਗਾ। ਸਤਿ ਸ਼੍ਰੀ ਅਕਾਲ ਜੀ। ਸ਼ਬਦਾਂ ਦਾ ਅਤੇ ਇਮੋਸ਼ਨ ਦਾ ਘੜਮਾਸ ਜਿਹਾ ਪੈ ਰਿਹਾ, ਕੁਛ ਸਮਝ 'ਚ ਨਹੀਂ ਆ ਰਹੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਪ੍ਰੋਡਿਊਸਰ ਦਾ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਕੀਤਾ, ਅਤੇ ਸਟਾਰਕਾਸਟ ਦਾ ਜਿਨ੍ਹਾਂ ਨੇ ਐਡੀ ਸੋਹਣੀ ਫਿਲਮ ਮੇਰੇ ਪੱਲੇ ਪਾਈ ਹੈ। ਬਹੁਤ ਸੋਹਣੀ ਫਿਲਮ ਬਣੀ ਹੈ, ਕਿਉਂਕਿ ਜੇ ਇਹ ਸਟਾਰਕਾਸਟ ਨਾ ਹੁੰਦੀ ਤਾਂ ਸ਼ਾਇਦ ਇਹ ਫਿਲਮ ਇੰਨੀ ਸੋਹਣੀ ਨਹੀਂ ਬਣਨੀ ਸੀਗੀ। ਬਾਕੀ ਹੁਣ ਜਿਹੜੀਆਂ ਗੱਲਾਂ ਬਾਤਾਂ ਨੇ ਆਪਾਂ ਫਿਲਮ ਤੋਂ ਪਹਿਲਾਂ ਤਾਂ ਬਾਅਦ 'ਚ ਕਰੀਏ ਤਾਂ ਜ਼ਿਆਦਾ ਵਧੀਆ ਰਹਿਣਗੀਆਂ। ਹੁਣ ਤੁਸੀਂ ਵੀ ਬਾਹਲੇ ਸ਼ਬਦਾਂ ਤੋਂ ਅੱਕ ਜਾਓਗੇ, ਪਹਿਲਾਂ ਫਿਲਮ ਦੇਖਦੇ ਹਾਂ ਫਿਰ ਬਾਕੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ, ਠੀਕ ਹੈ ਜੀ? ਚੱਲੀਏ। ਹਾਂਜੀ, ਧੰਨਵਾਦ ਜੀ। ਕਿਵੇਂ ਲੱਗੀ ਜੀ ਸਾਰਿਆਂ ਨੂੰ ਮੂਵੀ? ਵਧੀਆ ਲੱਗੀ? ਥੈਂਕ ਯੂ ਯਾਰ। ਪਤਾ ਕੀ ਹੈ, ਜਦੋਂ ਇੱਕ ਮੂਵੀ ਰਿਲੀਜ਼ ਹੋ ਰਹੀ ਹੁੰਦੀ ਹੈ ਨਾ, ਉਦੋਂ ਡਾਇਰੈਕਟਰ ਕੋਲ ਬਾਹਲੇ ਸ਼ਬਦ ਨਹੀਂ ਹੁੰਦੇ, ਉਹ ਆਪਦੇ ਆਰਟਿਸਟਾਂ ਦੇ ਸਹਾਰੇ ਹੁੰਦਾ। ਮੈਂ ਅੱਜ ਵੀ ਆਪਣੇ ਆਰਟਿਸਟਾਂ ਦੇ ਸਹਾਰੇ ਹੀ ਹਾਂ। ਇੱਕ ਅਸੀਂ ਆਪਣੇ ਵੱਲੋਂ ਫਿਲਮ ਬਣਾਈ ਹੈ, ਕੋਸ਼ਿਸ਼ ਕੀਤੀ ਹੈ, ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੈ ਤਾਂ ਉਹਨੂੰ ਸਪਰੈਡ ਕਰਿਓ, ਕਿਉਂਕਿ ਜੇ ਤੁਸੀਂ ਸਪਰੈਡ ਕਰੋਗੇ, ਜੇ ਵਧੀਆ ਫਿਲਮਾਂ ਚੱਲਣੀਆਂ ਤਾਂ ਹੀ ਵਧੀਆ ਫਿਲਮਾਂ ਬਣਨਗੀਆਂ, ਨਹੀਂ ਫਿਰ ਧੂੜ 'ਚ ਟੱਟੂ ਦਾ ਚੱਲੇ ਰਿਹਾ, ਹੈ ਨਾ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਹਨੂੰ ਵੱਧ ਤੋਂ ਵੱਧ ਸਪਰੈਡ ਕਰਿਓ, ਹੈ ਨਾ, ਤਾਂ ਕਿ ਵਧੀਆ ਫਿਲਮਾਂ ਬਣਾਉਣ ਦੀ ਸਾਡੇ 'ਚ ਹਿੰਮਤ ਆ ਸਕੇ। ਬੱਬਰ ਸਾਹਿਬ ਹੈ ਨਹੀਂ? ਚਲੋ ਚਲੋ ਅਨੀ ਤਾਂ ਤੁਸੀਂ ਕੰਟੀਨਿਊ ਹੋ ਗਿਆ। ਐਕਟਰ ਦਾ ਕੰਮ ਹੁੰਦਾ, ਡਾਇਰੈਕਟਰ ਦੇ ਕੋਲ ਤਾਂ ਆਹੀ ਚਾਰ ਸ਼ਬਦ ਹੁੰਦੇ ਨੇ, ਉਦੋਂ ਬਾਅਦ ਐਕਸ਼ਨ, ਕੱਟ, ਰੋਲ, ਤਿੰਨ ਸ਼ਬਦ ਆ ਹੁੰਦੇ ਨੇ, ਬਾਕੀ ਦਾ ਵੀ ਤੁਸੀਂ ਬੋਲੋ। ਛੇਤੀ ਕਰੋ, ਲਾਈਟ ਜਾ ਰਹੀ ਹੈ। ਕਿਹੜਾ ਲਾਈਟ ਜਾ ਰਹੀ? ਛੇਤੀ ਕਰੋ, ਛੇਤੀ ਕਰੋ, ਡੇਲਾਈਟ ਗਈ। ਸੋ ਤੁਸੀਂ ਸਾਰਿਆਂ ਨੇ ਫਿਲਮ ਦੇਖੀ, ਜਿਵੇਂ ਦੀ ਲੱਗੀ ਉਹਨੂੰ ਥੋੜਾ ਜਿਹਾ ਵਧਾ ਚੜਾ ਕੇ, ਜੇ ਬੁਰੀ ਲੱਗੀ ਤਾਂ ਵਧਾ ਚੜਾ ਕੇ ਲਿਖ ਦਿਓ, ਬੋਲ ਦਿਓ, ਦੱਸ ਦਿਓ, ਜੇ ਚੰਗੀ ਲੱਗੀ ਤੇ ਤਦ ਵੀ, ਕਿਉਂਕਿ ਤੁਹਾਡਾ ਜਿਹੜਾ ਕਿਹਾ ਵਾ ਉਹ ਲੋਕਾਂ ਨੇ ਸੱਚ ਮੰਨਣਾ। ਸੋ ਜਿਵੇਂ ਵੀ ਤੁਹਾਨੂੰ ਲੱਗਾ, ਜੇ ਅੱਛੀ ਲੱਗੀ ਜ਼ਰੂਰ ਅੱਛਾ ਲਿਖਿਓ, ਮਾੜੀ ਲੱਗੀ ਤੇ ਮਾੜਾ ਵੀ ਲਿਖਿਓ, ਤਾਂ ਕਿ ਅਸੀਂ ਅੱਗੇ ਤੋਂ ਹੋਰ ਅੱਛਾ ਕੰਮ ਕਰ ਸਕੀਏ, ਤੁਹਾਡੇ ਰਿਵਿਊਜ਼ ਜਿਹੜੇ ਨੇ ਸਾਨੂੰ ਹੋਰ ਅੱਛਾ ਹੋਰ ਬਿਹਤਰ ਕਰਨ ਲਈ ਹਮੇਸ਼ਾ ਸਾਡੇ ਸਿਰ ਦੇ ਉੱਤੇ ਇੱਕ ਤਲਵਾਰ ਵਾਂਗੂ ਲਟਕਦੇ ਨੇ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵਧੀਆ ਕੰਮ ਕਰੀਏ। ਇਸ ਫਿਲਮ ਦੇ ਰਾਹੀਂ ਵੀ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਛੋਟੀ ਜੀ, ਉਹ ਦੌਰ ਜਦੋਂ ਕਿ ਬਹੁਤ ਵੱਡੇ ਵੱਡੇ ਬਜਟ ਦੀਆਂ ਫਿਲਮਾਂ ਬਣ ਰਹੀਆਂ, ਤੇ ਸਾਨੂੰ ਲੱਗਦਾ ਸੀਗਾ ਕਿ ਇੱਕ ਪੈਰਲਰ ਐਸਾ ਸਿਨੇਮਾ ਵੀ ਅਸੀਂ ਜ਼ਰੂਰ ਕਰੀਏ ਜਿਹੜੀਆਂ ਬਹੁਤ ਛੋਟੇ ਬਜਟ ਦੀਆਂ ਫਿਲਮਾਂ ਹੋਣ, ਜਿਹਦੇ 'ਚ ਪ੍ਰੋਡਿਊਸਰ ਜਿਹੜਾ ਉਹ ਖਤਮ ਨਾ ਹੋਵੇ, ਉਹ ਮਰੇ ਨਾ, ਔਰ ਵਰਸਟਾਈਲ ਜਿਹੜੇ ਸਬਜੈਕਟ ਨੇ ਉਹ ਸਾਡੇ ਸਿਨੇਮੇ ਦਾ ਹਿੱਸਾ ਬਣਨ। ਔਰ ਉਸੇ ਹੀ ਕੋਸ਼ਿਸ਼ ਵਜੋਂ ਇਹ ਫਿਲਮ ਜਿਹੜੀ ਆ, ਇਹ ਅਵਤਾਰ ਭਾਅ ਜੀ ਔਰ ਅਮਨ ਦੀ ਜੋੜੀ ਜਿਹੜੀ ਇਹਨਾਂ ਨੇ ਪੇਸ਼ ਕੀਤੀ, ਮੈਂ ਬਹੁਤ ਥੈਂਕਫੁੱਲ ਹਾਂ ਸਾਡੇ ਪ੍ਰੋਡਿਊਸਰਸ ਦੀ, ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਵਿੱਚ ਵਿਸ਼ਵਾਸ ਰੱਖਿਆ ਔਰ ਇਹ ਇੰਨੀ ਅੱਛੀ ਕਹਾਣੀ ਜਿਹੜੀ ਆ ਅੱਜ ਸਿਨੇਮੇ ਤੱਕ ਪਹੁੰਚੀ। ਜਦ ਇਸ ਫਿਲਮ ਨੂੰ ਅਸੀਂ ਕੀਤਾ ਸੀ ਉਦੋਂ ਸ਼ਾਇਦ ਇੰਝ ਸੋਚਿਆ ਸੀ ਕਿ OTT ਦੇ ਉੱਤੇ ਇਹਨੂੰ ਕਰਾਂਗੇ, ਬਟ ਫਿਲਮ ਸਾਨੂੰ ਲੱਗਾ ਕਿ ਅੱਛੀ ਬਣ ਗਈ ਆ ਅਤੇ ਇਹਨੂੰ ਸਿਨੇਮੇ ਦੇ ਵਿੱਚ ਲੈ ਕੇ ਜਾਈਏ। ਸੋ ਮੈਨੂੰ ਲੱਗਦਾ ਹੈ ਕਿ ਸਬਜੈਕਟ ਜਿਹੜਾ ਨਾ ਉਹ ਸਭ ਤੋਂ ਪਾਵਰਫੁੱਲ ਚੀਜ਼ ਹੁੰਦੀ ਆ ਔਰ ਇਹ ਇੱਕ ਵਿਲੱਖਣ ਸਬਜੈਕਟ ਆ। 40-45 ਲੱਖ ਦੇ ਕਰੀਬ ਵਿਊਜ਼ ਜਿਹੜੇ ਨੇ ਟ੍ਰੇਲਰ ਦੇ ਹੋਏ, ਉਸ ਚੀਜ਼ ਨੇ ਸਾਨੂੰ ਇੰਨਾ ਉਤਸ਼ਾਹਿਤ ਕੀਤਾ ਕਿ ਅੱਜ ਸਾਡੇ ਜਿਹੜੇ ਉਹ ਚਮਕ ਰਹੇ ਨੇ, ਉਹ ਸਾਨੂੰ ਲੱਗ ਰਿਹਾ ਕਿ ਇਹ ਕਹਾਣੀ ਜਿਹੜੀ ਹੈ ਪੰਜਾਬੀਆਂ ਨੂੰ ਪਸੰਦ ਆਏਗੀ, ਕਿਉਂਕਿ ਬੜੀ ਫਰੈਸ਼ਨੈਸ ਹੈ ਇਹਦੇ ਵਿੱਚ, ਬੜੀ ਕਿਊਟਨੈਸ ਹੈ ਇਹਦੇ ਵਿੱਚ ਔਰ ਪੰਜਾਬੀਆਂ ਦੀ ਜ਼ਿੰਦਗੀ ਦੇ ਨਾਲ ਐਂ ਖਹਿ ਕੇ ਲੰਘਦੀ ਹੈ ਇਹ ਕਹਾਣੀ। ਸੋ ਮੈਂ ਬਹੁਤ ਆਪਣੇ ਆਪ ਨੂੰ ਬਲੈਸਡ ਫੀਲ ਕਰਦੀ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ ਬਣੀ। ਥੈਂਕ ਯੂ ਵੈਰੀ ਮੱਚ ਅਵਤਾਰ ਭਾਅ ਜੀ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਔਰ ਇੰਨਾ ਅੱਛਾ ਕਿਰਦਾਰ ਮੇਰੀ ਜ਼ਿੰਦਗੀ ਦੇ ਵਿੱਚ, ਸਿਨੇਮੇ ਦੀ ਇਸ ਲਾਈਫ ਦੇ ਵਿੱਚ ਮੇਰੇ ਹਿੱਸੇ ਆਇਆ, ਜਿਹਦੇ ਲਈ ਮੈਂ ਹਮੇਸ਼ਾ ਤੁਹਾਡੀ ਰਿਣੀ ਰਹੂੰਗੀ ਔਰ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਤੋਂ ਵੀ ਸਿਨੇਮਾ ਇਸੇ ਤਰ੍ਹਾਂ ਮੇਰੇ 'ਚ ਵਿਸ਼ਵਾਸ ਰੱਖੇਗਾ ਔਰ ਮੈਂ ਕੋਸ਼ਿਸ਼ ਕਰੂੰਗੀ ਕਿ ਜੋ ਵੀ ਕੰਮ ਕਰਨ ਲਈ ਮੈਨੂੰ ਦਿੱਤਾ ਜਾਂਦਾ ਮੈਂ ਉਹਨੂੰ ਪੂਰੀ
तनदेही दे नाल करां। अज मैं जो भी हाँ वो सब तुहाडियां दुआवां सदका परमात्मा की मेहर सदका ते अपने माँ बाप दियां चंगियाईयां दे सदका। सो थैंक यू वैरी मच, थैंक यू, सो नाइस ऑफ यू, थैंक यू वैरी मच। और खास तौर पर मैनू इस गल्लों बहुत अच्छा लगा कि मैं हरदीप हुणां दे नाल बड़े लंबे समय के बाद स्क्रीन शेयर की, बहुत कंफर्टेबल फील करते हो जो ता अपना ही साथी तुहाडे ओपोजिट खड़ा होवे ते बहुत सारिया चीज़ा जिहड़ियां बहुत नैचुरल हो जांदियां, क्योंकि बीइंग एन आर्टिस्ट हसबेंड वाइफ के किरदार करद कुछ लिमिटेशन होंदिया ने, बट ए वाली फिल्म करद सारा कुछ ही अनलिमिटेड सीगा, सारा कुछ इस करके कि हसबेंड वाइफ के रिश्ते असी नैचुरली भी हसबेंड वाइफ हाँ तो वह कोई लिमिटेशनस नहीं। दूसरे नंबर के उत्ते आ रहा इन्ना क्यूट के ड्यूरिंग द फिल्म भी और उस तो पहले भी उस तो बाद भी हमेशा सानू लगता रहा कि साडा अपना ही बच्चा है, साडा अपना ही पोते, असी एक क्षण भी इस चीज़ को महसूस नहीं किया कि असी किसी हीरो दे नाल काम कर रहे हैं। और मैनू लगता है कि जिस परिवार तो यह आया कि मतलब थैंक्स टू राज बब्बर जी, नादरा जी, इन्निया चंगिया चीज़ा उन्होंने इनू सिखाइया बॉम्बे वर्गे शहर के रह के भी पंजाब दियाँ कदर कीमत इस बच्चे के अंदर ने। और आर्या जबरदस्त एक्टर आ, राज जी वांगू हर इमोशन नू बहुत वधिया तरीके नाल इन्हें कैरी किया फिल्म दे विच, सिर्फ रोमांटिक हीरो नहीं, ये विलन भी जबरदस्त है, ये इमोशनल हीरो भी जबरदस्त है, ये कॉमेडी हीरो भी जबरदस्त है। एक नवी शुरुआत दे लई मेरे वल्लों आर्या नू बहुत बहुत मुबारक, थैंक यू। मैं विच कड़दा ऐड कर दा जी, एक आ बंदा जिहड़ा सारिया प्रमोशन गायब रहिंदा और आ जा है ना, सब तो वध दिमाग जे मैं चट्टे तां इहदा चट्टे बठा के वी पुत ऐ नहीं ऐ लिखणी, इक ऐ नहीं ऐ लिखणी है ਹਣਾ। ਬਹੁਤ ਵਧੀਆ, ਥੈਂਕ ਯੂ, ਬਹੁਤ ਵਧੀਆ, ਬਹੁਤ ਮਿਹਨਤ ਕੀਤੀ ਰਾਮ ਸਿੰਘ ਜੀ ਨੇ ਜਿਹਨੇ ਮੈਨੂੰ ਸ਼ੁਰੂਆਤ ਕਰਵਾਈ ਸੀਗੀ ਮਿੱਟੀ ਨਾ ਫਰੋਜ ਹੋ ਗਿਆ ਤੋਂ, ਹਣਾ ਇਹ ਵੀ ਸਾਡੇ ਨਾਲ ਆਇਆ, ਬਹੁਤ ਬਹੁਤ ਵਧੀਆ ਲੱਗਿਆ ਰਾਮ ਸਿੰਘ ਜੀ। ਤੇ ਆਰਿਆ ਜੀ ਮਹਾਰਾਜ ਹਾਊਸ ਵੀ ਮੈਨੂੰ ਭਾਜੀ ਕੋਲ ਭਾਜੀ ਪਹਿਲਾਂ ਪੁੱਛਿਆ, ਬਹੁਤ ਸ਼ੁਕਰੀਆ ਜੀ ਤੁਹਾਡਾ ਸਭ ਦਾ, ਤੁਸੀਂ ਆਏ, ਫਿਲਮ ਤੁਸੀਂ ਵੇਖ ਲਈ ਹੈ, ਹੁਣ ਮੈਂ ਫਿਲਮ ਬਾਰੇ ਤਾਂ ਕੁਛ ਨਹੀਂ ਕਹਿ ਸਕਦਾ, ਉਹ ਤਾਂ ਤੁਸੀਂ ਕਹਿਣਾ ਹੈ। ਅਤੇ कोशिश होंगी है कि अच्छा काम हो, क्योंकि महज 18 दिन के 17-18 दिन के फिल्म जी कंप्लीट हुई, मैं याद है कि 27 दिसंबर में आप शुरू की थी, तो मेरे ख्याल से लोहड़ी तक का दिन अगे पिछे 13-14 में फिल्म जी है, असी तो मतलब 11 वापस भी आ गए थे अमृतसर। सो उत्थे ही कहानी इन्होंने सुनाई और कहानी सुनी, और मैनू मेरे लिए सब तो वड्डा चैलेंज कि मैं कहते कि तुम ना यह जरा करैक्टर मलवई भाषा च करो, तो मेरे लिए क्योंकि चलो थिएटर की बैकग्राउंड है वो थोड़ा सहाई होंगी इस चीज़ के, उस वेले उस करैक्टर करना हम पता नहीं मैं कितना सफल होया। सो ये दसना, तो बाकी सारी टीम बहुत वधिया सी, अवतार भाजी खुद बहुत कमाल दे इंसान ने, जिहड़े टाइम पर काम शुरू हुंदा सी उस टाइम पर ही मतलब सोचा जाता सी, ये नहीं सी कि अज का काम कल तो बिल्कुल नहीं छड्डिया जाता, जिहड़ा एक दिन का काम सारा कंप्लीट किया जाता सी, सवेरे सानू होटल तो अपनी गड्डी बिठा लेंदे सी, तो ये खुद जपजी साहब का पाठ करते होंगे सी, जदों पाठ की समाप्ति होंगी सी असी लोकेशन पर पहुँच जाते सी, ते बड़े वधिया ते बड़े खुशगवार माहौल दे विच जिहड़ा काम शुरू हो जाता सी, ते बहुत मज़ा आया अवतार जी तुहाडा काम करदे आ, आर्या दे नाल तां साडा बिल्कुल सानूं लग्गा ही नहीं, क्योंकि उदों नवां नवां साडा बेटा अमेरिका गया सी, ते सानूं ये फिल्म दोनों नूं इकट्ठिआं नूं मिल गई, ते असी घर दे विच ही अपने बच्चे नूं बहुत याद करदे सी, ते जदों उत्थे गए ते सानूं ये अहसास ही नहीं होया सी, बड़ा चिर इन्हों के नाल ही इतना विचरते रहे, तो वो जो सू विछोड़े का थोड़ा दर्द सी वो भी कम होया, और हम आ रहे साड़ी वधिया सांझ है कि बहुत वधिया, और परमात्मा करे ये सांझा ये जिहड़ियां मुहब्बतां ने इस तरह जीउंदियां वसदियां रहन, पंजाबी सिनेमा इस तरह नवे नवे एक्सपैरीमेंट करे, नवी नवी कहानियों के उत्ते अच्छा काम होवे, और असी सारे जने सिनेमे का हिस्सा है, और परमात्मा करे शाला के कदे भी कितने कुड़त्तण ना होवे, इस तरह पंजाबी सिनेमा जिंदाबाद रहे, पंजाबीयत जिंदाबाद रहे, जिथे पंजाबियों का पैर उथे सदा खैर। वो चमचा के हाथी चमचा सत श्रीकाल जी, थैंक यू। मैं इस वेले बहुत मैं बहुत एक्साइटेड भी हाँ, फिल्म शुरू होने तो पहला मैं काफ़ी हद तक मैं नर्वस सी कि ऑडियंस में कहो जी लगेगी फिल्म, मैं हमेशा एक गल कहता कि तुम सारे हमेशा मैं ये तरीके नाल अपने नाल लैके चलते हो जिमें मैं तुहाडे परिवार का ही मुंडा हाँ, तो थैंक यू जो तुम प्यार अज मेरे तो की कहें ना वो कॉमेडी वो जोक्स वो सारी चीज़ा जो मैं करता रहता मेरे तो हो भी नहीं रही हैं, मैं इस वेले जेनविनली बहुत इमोशनल, क्योंकि जो ऑडियंस ने रिस्पोंस दिता है जो तुम सारे दे रहे हो
मैं दिलों तुहाडे सारे दा शुक्रगुजार हाँ। तो मैं हरदीप सर एंड अनीता मैम बारे बस एक ही चीज़ कहना चाहता कि मैं सच कह रहा हूँ पंजाब के इस लैवल द हीरे एक्टर्स मैं कहाँ इस लैवल द हीरे एक्टर्स हैं कि जे वो ना चाहें इन्हों के सामने कोई एक्टर टिक नहीं सकता। ठीक है तो जे मैं कुछ भी कहता इस फिल्म च मैं जेनविनली जो मैं कुछ भी किया इस फिल्म च सिर्फ इस करके कर पाया कि इन्हों लग्या कि चल इन थोड़ा जहा कर लैन दो परमात्मा करे हमेशा बुलंदियां अता फरमावे आज कुछ पूछना कोई पूछना नहीं आज कल्ले कल्ले को पूछना क्यों कल्ले को हां मेरे इंग्लैंड दी दस सकदा इथे नहीं दस सकदा वे कितने मिले आज 7 बजे साढ़े 9 बजे ए गल्ला नहीं करनी है सानू आज पूछो थैंक यू थैंक यू बहुत बड़ी गल है देखो जी फीलिंग बहुत बड़ी होती है माँ प्यो देखो जी माँ प्यो के सामने असी हमेशा जवाक ही हैं उन्होंने तो साड़ी कोई औकात नहीं होती तो मैं भी उठ ही बैठा हुआ सी मैं पापा के कोल नेड़े थले बैठा हुआ सी तो मैं बहुत खुश होया कि पापा ने फिल्म वेखी एंड ऑडियंस के नाल बैठ के जो असी फिल्म वेखते हैं तो ऑडियंस का जो रिएक्शन होंदा है वो मैं लगता है मेरे तो भी ज़्यादा डैड इंजॉय कर रहे सी एंड बहुत वधिया इमोशनल फीलिंग सॉरी आवाज ही नहीं आई तो मैं कह सर ਤੁਸੀਂ ਸਟੇਜ ਪਰ ਜ਼ਿਆਦਾ ਧਿਆਨ ਸੀ ਜਾਂ ਬਾਸ ਦਾ ਬਜ਼ਾਰ ਦੇਖ ਰਹੇ ਸੀ ਕਿ ਉਹਨਾਂ ਦੇ ਮੂੰਹ ਤੇ ਐਕਸਪ੍ਰੈਸ਼ਨ ਕਿੰਨਾ ਵੀ ਆ ਰਹੇ ਜਿਹੜੇ ਜਿਹੜੇ ਸੀਨ ਚ ਮੈਂ ਨਹੀਂ ਸੀ ਉਸ ਸੀਨ ਚ ਪਾਪਾ ਨੂੰ ਵੇਖ ਰਿਹਾ ਸੀ ਜਿਹੜੇ ਜਿਹੜੇ ਸੀਨ ਚ ਮੈਂ ਸੀ ਮੈਂ ਆਪਣੇ ਆਪ ਨੂੰ ਵੇਖ ਰਿਹਾ ਸੀ ਇਹ ਸੱਚੀ ਗੱਲ ਹੈ ਯਾਰ ਐਕਟਰ ਐਕਟਰ ਹੁੰਦਾ ਹੈ ਬਈ ਤੁਸੀਂ ਮੰਨਦੇ ਹੋ ਨਾ ਤੁਹਾਡਾ ਇਹ ਰੰਗ ਕਾਫੀ ਟਾਈਮ ਤੋਂ ਗਾਇਬ ਸੀਗਾ ਬਿਲਕੁਲ ਪਰ ਭਾਈ ਉਹਨਾਂ ਨੇ ਮੈਨੂੰ ਲੱਗਦਾ ਚੰਗੀ ਤੁਹਾਡੀ ਨਵਜ ਪਕੜੀ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਕੰਮ ਕਰਵਾ ਲਿਆ ਉਹਨੇ ਨਹੀਂ ਐਕਚੁਅਲੀ ਕੀ ਹੈ अवतार जी नूं इस रोल च बहुत वधिया पति चाहिदा सी ते मेरे कोल 8 साल दी पूरी ट्रेनिंग है और ट्रेनर भी साडे नाल आए हुए ने हां मेरी मेन हीरोइन जेगी उत्थे है हमली थल्ले खड़ी हां तेरे बिना किवें चलू साजी जिंदगी इन्हां ने मैनू 8 साल ट्रेनिंग दित्ती ते उस तो बाद मैनू रोल मिलिया इहो जिहा लग्गिया मैं कुछ ठीक ठाक कीता एज अ पति ट्रेनिंग च पास हो गए ਤੁਸੀਂ ਅੱਛਾ ਮੈਂ ਟ੍ਰੇਨਿੰਗ ਚ ਪਾਸ ਪੱਪੂ ਪਾਸ ਹੋਏ ਚਲੋ ਬਾਕੀ ਕਸਰ ਤੁਸੀਂ ਪੂਰੀ ਕਰ ਦਿੱਤੀ ਹਾਂ ਮੈਂ ਨਾ ਭਾਈ ਬਣੇ ਕੋਈ ਕਹਿ ਦਿਆ ਕਿ ਸਰ ਮੈਂ ਨਾ ਸਿਰੀ ਆਪਣੀ ਵਾਈਫ ਦਾ ਨਾ ਤੁਸੀਂ ਬੜੇ ਕਲੀਅਰ ਕਰ ਦਿਓ ਸੱਚੀ ਗੱਲ ਹੈ ਆ ਜਾਓ ਇੱਧਰ ਆ ਜਾਓ ਮੈਂ ਕਿਹਾ ਸੀ ਕਿ ਮੈਂ ਤੁਹਾਡਾ ਸਿਰੀ ਆ ਹਾਂ ਗੱਲ ਤਾਂ ਫਿਰ ਸਹੀ ਹੈ ਨਾ ਕਿ ਮੈਨੂੰ ਪਾਣੀ ਰੋਟੀ ਤੁਸੀਂ ਲਿਆ ਕੇ ਖਵਾਣੀ ਹੈ ਬਿਲਕੁਲ ਬਿਲਕੁਲ ਹਾਂ ਤਾਂ ਬਹੁਤ ਜ਼ਿਆਦਾ ਫੀਲਿੰਗ ਲੈ ਰਹੀ ਹੈ ਸਹੀ ਹੈ ਕਮਾਂਡ तू हमेशा एहो जी गल्ला करदा है मैं तो इंटरव्यू भी कीता सी ए मेरे तो टिप ले रहा सी कुड़ी क्या है कुड़ी के मैं पता हैं नहीं सिंपल जी गल है मेरी थोड़ी जी ओ सुन लंदे ओना दी थोड़ी जी मैं सुन लंदे हां मैं बसीदा फिल्म ते भी देखया कि बहुत खास तरीके नाल अपनी हीरोइन नु प्रपोज करदे आ ना हां जी ओ सीन दे विच तुसी कहया भी करे चलो मैं दसदी आ यार तन्नू किवें प्रपोज कीता सी ने मैं जानना चाहंदा आ थैंक यू सो मच हे श्री वे श्री नु यही तरीके नाल तुसी सारे प्यार दो हां सर आओ सर सत श्री अकाल साहब
मैनू खुशी है क्योंकि ये फिल्म जिहड़ी है ना असल मेरी अपनी प्यारी धरती के उत्ते उपजी गई कहानी है। अवतार भाई अमन दोनों मेरे प्यारे तकरीबन मेरी ही धरती ने मेरे गुआढ़ी ने और सब तो वधिया गल लगी मैनू मेरे फिल्मी मित्र बहुत प्यारे मित्र ने हरदीप जी क्योंकि इन्होंने साड़ी ती नू बड़ा प्यार दे नाल उभारे ती संगरूर जिले वाले असं सारे ती कहने और मैं याद है मैं मौड़ फिल्म बड़े मेरे तो सी कहा गया थी पर मेरे तो जतेंद्र ने जतेंद्र मौड़ ने कहा भाई संगरूर की कहानी है मैं भुल गया सी फिर मैनू ती कहना पे आप सो इस करके मैं बहुत प्यारी फिल्म लगी मैं अवतार नूं और अमन नूं तो पूरी टीम नूं बहुत बहुत मुबारक दिंदा और दिलों मेरा दिल किया जिते चढ़नों नहीं मैं कदम चढ़िया नहीं किसी दूजे ने क्योंकि मैं फिल्म दसदा नहीं लेकिन मेरे गुआढ़ी और मेरा डायरेक्टर भी कुछ फिल्मा मैं नाल भी कीतियां ने बहुत ही वधिया तरीके दे नाल और ये फिल्म खास करके मैं बहुत तारीफ करा क्योंकि मैं पूरी वधिया फिल्म लगी और पूरा असी इंजॉय किया किसी किस्म की कोई फूल कमेडी जिन्होंने असं कहते हैं वो नहीं सामने दिखी ये बड़ी प्यारी कमेडी दोनों मियाँ बीबी ने की है हरदीप भाजी ने और अनीता भैन जी ने और इस तरीके का लास्ट का सीन से जो बिल्कुल इमोशनल कर गया यार सारे ने देखे मैं कई मेरे अपनी अखा भर के आ गई उस टाइम से धन्यवाद सत श्री अकाल और सारे बेनती करना इंजॉय करो। सो ए सन जी फिल्म दे एक्टर ते डायरेक्टर जफ्फी पाउंदे होए सेलिब्रेट करदे होए कि बहुत वधिया जी बहुत वधिया वो एक्चुअली मैनू कुछ इनफॉरमेशन भी दे रहा सी हैं बट ठीक है असी दोनों खुश भी बहुत रहे क्योंकि फिल्म साडी आई है एंड वधिया रिस्पोंस मिल रहा है फिल्म नु तो असी इस गल नु लेके बहुत खुश हां। अच्छा आर्या दी एनर्जी ना हमेशा अप रहंदी है अज ऑडियंस दा रिस्पोंस देख के ते होर अप होनी चाहिए सी अज इमोशनल होए हां अज मैं थोड़ा जा इमोशनल क्योंकि देखो जो असी पूरी मेहनत करके एक फिल्म बनाते हैं एंड वो फिल्म की अपनी एक किस्मत होती है मैडम एंड फिर लग के असी उसका प्रमोशन करते हैं वेखते हैं तो मेरी एक फिल्म भी काफ़ी टाइम तो बाद आ रही है तो दिमाग सोचता है कि यार की रिस्पोंस मिलेगा ऑडियंस नूं फिल्म पसंद आऊगी कि नहीं मैं ऑडियंस नूं दोबारा पसंद आऊँगा कि नहीं बट सब तो वड्डी गल है कि फिल्म लोगों को पसंद आ रही है एंड वो सब तो वड्डी चीज़ है मैं उस गल नूं लेके बहुत खुश हाँ उस गल नूं लेके मैं इमोशनल हूँ। अच्छा एक ना बड़ी पॉजिटिव चीज़ ये है कि तुहाडे नाल एक अजिही फिल्म एक अजिहा किरदार जुड़िया होया जिहड़ा एवरग्रीन है मैनूं लगता है यारन मुल्ले वर्गी फिल्म दा उद्दां दा किरदार दोबारा नहीं बनिया तो जदों ऑडियंस नूं दोबारा भी वह चीज़ एकदम देखण नूं मिलदी है कि नवीं फिल्म आ रही है आरे बब्बर की तो उन्हां नूं कोई ऐ नहीं हुंदा कि भुल्लदे नहीं हैगे वह हमेशा याद रखते हैं तुहाडे नाल हाले भी कनैक्टेड ने। थैंक यू सो मच दैट्स सो काइंड ऑफ यू टू से रब की मेहर है कि मैं यारन मुले तो गुरी वर्गा कैरेक्टर मिलया हूँ रब करे हे सिरी वे सिरी तो मेरे कैरेक्टर का ना ताज यह भी ऑडियंस के दिमाग या दिल से छा जाए तो यह भी उन्होंने यारन मुले के नेड़े तेड़े का कैरेक्टर होए ਜਿਵੇਂ ਅਸੀਂ ਫਿਲਮ 'ਚ ਇੱਕ ਡਾਇਲੋਗ ਸੁਣਿਆ ਵੀ ਕਹਿੰਦੇ ਸਾਡੇ ਪੰਜਾਬ 'ਚ ਅਸੀਂ ਸੌਰੀ ਨਹੀਂ ਕਹਿੰਦੇ ਹੈ ਨਾ ਬਟ ਮੈਨੂੰ ਲੱਗਦਾ ਇੱਥੇ ਤਾਂ ਕਹਿਣਾ ਪੈਂਦਾ ਆ ਹੈ ਨਾ ਤੁਹਾਡੇ ਦੋਵਾਂ 'ਚੋਂ ਪਹਿਲਾਂ ਸੌਰੀ ਕੌਣ ਕਹਿੰਦਾ ਹੁੰਦਾ ਆ ਹੂ ਇਜ਼ ਦਾ ਫਸਟ ਵਨ ਟੂ ਸੇ ਮੈਂ ਹੀ ਹਾਂ ਹਮੇਸ਼ਾ ਤੇ ਇਹੀ ਹੋਣਾ ਚਾਹੀਦਾ ਹੈ ਜੇ ਚੀਜ਼ਾਂ ਠੀਕ ਠਾਕ ਤਰੀਕੇ ਨਾਲ ਲੈ ਕੇ ਚੱਲਣੀ ਤਾਂ ਮੈਂ ਹੀ ਹਾਂ ਲਾਈਫ ਇਜ਼ ਆਲਵੇਜ਼ ਰਾਈਟ ਹੈ ਲਾਈਫ ਇਜ਼ ਆਲਵੇਜ਼ ਰਾਈਟ ਮੈਮ ਕਿਸੇ ਨੂੰ ਵੀ ਪੁੱਛ ਲਓ ਹਾਂ 8 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਤੇ ਫਿਰ ਅਸਰ ਦਿਖਾਈ ਦੇਗਾ 8 ਸਾਲ ਦੀ ਟ੍ਰੇਨਿੰਗ ਤੁਸੀਂ ਫਿਲਮ 'ਚ ਵੇਖ ਸਕਦੇ ਹੋ ਕਿੰਨਾ ਵਧੀਆ ਪਰਫਾਰਮ ਕੀਤਾ ਮੈਂ ਕੀ ਕਹਿਣਾ ਚਾਹੋਗੇ ਉਹਨਾਂ ਲਈ ਜਿਨ੍ਹਾਂ ਨੇ ਇਹ ਟ੍ਰੇਨਿੰਗ ਹਲੇ ਲੈਣੀ ਹੈ ਸਟਾਰਟ ਕਰਨੀ ਹੈ ਉਹਨਾਂ ਯੰਗਸਟਰਸ ਮੈਂ ਉਹਨਾਂ ਨੂੰ ਕਹਾਂਗਾ ਬਹੁਤ ਵਧੀਆ ਚੀਜ਼ ਹੈ ਯਾਰ ਵਿਆਹ ਮੈਰਿਜ ਇਜ਼ ਦ ਮੋਸਟ ਅਮੇਜ਼ਿੰਗ ਥਿੰਗ ਤੁਸੀਂ ਆਪਣੇ ਲਈ ਤੇ ਆਪਣੀ ਜ਼ਿੰਦਗੀ ਤੇ ਆਪਣੀ ਫੈਮਿਲੀ ਲਈ ਕਰ ਸਕਦੇ ਹੋ ਹਮੇਸ਼ਾ ਇੱਕ ਦੂਜੇ ਦੀ ਗੱਲ ਸੁਣੋ ਇੱਕ ਦੂਜੇ ਨੂੰ ਪਿਆਰ ਕਰੋ ਬਸ ਦੋਸਤ ਬਣ ਕੇ ਰਹੋ। ਜੱਟ ਤੇ ਸਿਰੀ ਦਾ ਰਿਸ਼ਤਾ ਫੀਲ ਕਰਕੇ ਕਿੱਦਾਂ ਦਾ ਫੀਲ ਹੋਇਆ ਸੈੱਟ ਤੇ ਅੱਜ ਦੇਖ ਕੇ ਦਰਸ਼ਕਾਂ ਦੇ? ਮੈਂ ਬਹੁਤ ਖੁਸ਼ ਹਾਂ ਕਿ ਜੋ ਅਸੀਂ ਫੀਲ ਕਰ ਰਹੇ ਸੀ ਜੱਟ ਔਰ ਸਿਰੀ ਦਾ ਜੋ ਇਮੋਸ਼ਨ ਹੈ ਬੌਂਡ ਹੈ ਉਹ ਅੱਜ ਆਡੀਅੰਸ ਨੇ ਵੀ ਫੀਲ ਕੀਤਾ ਕਿਉਂਕਿ ਜੇ ਇਹ ਇਮੋਸ਼ਨ ਇਹ ਬੌਂਡ ਗਲਤ ਹੁੰਦਾ ਇਹ ਫੇਕ ਲੱਗ ਜਾਂਦਾ ਇਹ ਫਰੋਡ ਹੁੰਦਾ ਤਾਂ ਆਡੀਅੰਸ ਇਸ ਚੀਜ਼ ਨੂੰ ਫੜ ਲੈਂਦੀ ਅਤੇ ਇਸ ਇਮੋਸ਼ਨ ਨਾਲ ਕਨੈਕਟ ਨਹੀਂ ਕਰ ਪਾਉਂਦੀ ਪਰ ਮੈਂ ਖੁਸ਼ ਹਾਂ ਕਿ ਇਹ ਇਮੋਸ਼ਨ ਆਡੀਅੰਸ ਨੇ ਵੀ ਫੀਲ ਕੀਤਾ। ਸੋ ਸਾਡੇ ਪੰਜਾਬ ਦੇ ਆਡੀਅੰਸ ਵੈਸੇ ਹੀ ਹੁਣ ਵੱਖਰੀਆਂ ਵੱਖਰੀਆਂ ਫਿਲਮਾਂ ਦੇਖਣਾ ਚਾਹੁੰਦੇ ਨੇ ਰਾਈਟ ਸੋ ਥੈਂਕ ਯੂ ਸੋ ਮਚ ਇੰਨੀ ਸੋਹਣੀ ਫਿਲਮ ਸਿਨੇਮਾ ਨੂੰ ਦੇਣ ਦੇ ਲਈ ਐਂਡ ਵੰਸ ਅਗੇਨ ਇੱਕ ਉਹ ਜਿਹੜਾ ਕਹਿ ਲਈਏ ਕਿ ਇੱਕ ਮਿਸਿੰਗ ਸੀਗਾ ਚਾਮ ਆ ਰਿਹਾ ਬੱਬਰ ਦਾ ਦੁਬਾਰਾ ਸਟੇਜ ਤੇ ਲੈ। ਥੈਂਕ ਯੂ ਸੋ ਮਚ। ਪਲੀਜ਼ ਤੁਸੀਂ ਸਾਰੇ ਜਾਓ ਫਿਲਮ ਵੇਖੋ ਹੇ ਸਿਰੀ ਵੇ ਸਿਰੀ ਅਤੇ ਮੈਨੂੰ ਦੱਸੋ ਕਿਹੋ ਜਿਹੀ ਲੱਗਦੀ ਹੈ ਫਿਲਮ। ਥੈਂਕ ਯੂ ਸਰ।
सो हे सीरी वे सीरी फिल्म दी स्पेशल स्क्रीनिंग ते पहुंचे हैं जैस्मिन बब्बर मैम मौजूद ने गलबात करेंगे सत श्री अकाल सत श्री अकाल कीवें तो बहुत बढ़िया ਕਿੱਦਾਂ ਲੱਗੀ ਹੈ ਸੀਰੀ ਵੈਸੇ ਮੈਨੂੰ ਮੈਂ ਬਹੁਤ ਇੰਜੋਏ ਕੀਤੀ ਫਿਲਮ ਮੈਨੂੰ ਜੈਨੂਇਨਲੀ ਐਜ਼ ਐਨ ਆਡੀਅੰਸ ਬਹੁਤ ਵਧੀਆ ਲੱਗਿਆ ਕਾਫੀ ਟਾਈਮ ਬਾਅਦ ਇੱਕ ਫਰੈਸ਼ ਕਨਸੈਪਟ ਦੇਖਣ ਨੂੰ ਮਿਲਿਆ ਜੋ ਸੇਮ ਉਹ ਰੋਮਾਂਟਿਕ ਸਟੋਰੀਜ਼ ਬਾਰੇ ਨਹੀਂ ਗੱਲ ਕਰ ਰਿਹਾ ਪਰ ਰਿਸ਼ਤਿਆਂ ਬਾਰੇ ਗੱਲ ਕਰ ਰਿਹਾ ਸੋ ਫੇਵਰੇਟ ਸੀਨ ਜਾਂ ਡਾਇਲੋਗ ਜਿਹਨੂੰ ਤੁਸੀਂ ਹਾਲੇ ਵੀ ਯਾਦ ਕਰਕੇ ਹੱਸ ਰਹੇ ਹੋ ਮੈਂ ਤਾਂ ਅਨੀਤਾ ਜੀ ਔਰ ਅਦੇਵ ਜੀ ਦੀ ਕੈਮਿਸਟਰੀ ਦੇਖ ਕੇ ਬਹੁਤ ਹੱਸਦੀ ਹਾਂ ਅਤੇ ਸਾਡੇ ਘਰ ਦਾ ਜੋਕ ਬਣ ਗਿਆ ਕਿ ਜਿਹੜਾ ਉਹ ਚਾਚੀ ਚਾਚੀ ਕਹਿੰਦੇ ਰਹਿੰਦੇ ਅਤੇ ਮੈਂ ਆ ਰਿਹਾ ਇੱਕ ਦੂਜੇ ਨੂੰ ਛੇੜਨ ਲੱਗ ਗਏ ਉਹਦੇ ਨਾਲ ਸੋ ਉਹ ਮੇਰੇ ਨਾਲ ਬਹੁਤ ਰਹਿ ਗਿਆ ਅੱਛਾ ਆਰ ਐੱਸ ਐੱਮ ਨਾਲ ਗੱਲ ਕਰ ਰਹੀ ਸੀ ਕਹਿੰਦੇ ਵੀ ਮੈਨੂੰ ਤਾਂ 8 ਸਾਲ ਦੀ ਟ੍ਰੇਨਿੰਗ ਹੈ ਇੱਦਾਂ ਫਿਲਮ 'ਚ ਡਾਇਲੋਗ ਆਉਂਦਾ ਵੀ ਸਾਡੇ ਨਹੀਂ ਸੋਰੀ ਕਹਿੰਦੇ ਕਹਿੰਦੇ ਹਮੇਸ਼ਾ ਮੈਂ ਹੀ ਪਹਿਲਾਂ ਕਹਿੰਦਾ ਹਾਂ ਇਹ 'ਚ ਕਿੰਨੀ ਕੁ ਸੱਚਾਈ ਆ ਇਸ 'ਚ ਐਕਚੁਅਲੀ ਬੜੀ ਸੱਚਾਈ ਹੈਗੀ ਹੈ ਕਿਉਂਕਿ ਲੱਗਦੇ ਭਾਵੇਂ ਉਹ ਗੁੱਸੇ ਵਾਲੇ ਹੋਣਗੇ ਹੈਗੀ ਮੈਂ ਜ਼ਿਆਦਾ ਅਤੇ ਉਹ ਕਹਾਣੀ ਨੂੰ ਖਤਮ ਕਰਨ ਲਈ ਮਿੰਟ 'ਚ ਕਹਿ ਦਿੰਦੇ ਕਿ ਚੱਲ ਚੱਲ ਸੋਰੀ ਨਹੀਂ ਤਾਂ ਦੋ ਦਿਨ ਲੰਘ ਜਾਣੇ ਬਿਲਕੁਲ ਮੈਨੂੰ ਲੱਗਦਾ ਆ ਵੀ ਹੈ ਨਾ ਆਪਾਂ ਸੋਚਦੇ ਹੁੰਦੇ ਹਾਂ ਵੀ ਛੇਤੀ ਕੋਨਫਲਿਕਟ ਖਤਮ ਕਰ ਲੈਣੇ ਚਾਹੀਦੇ ਆ ਕਿਉਂਕਿ ਨੋਕ ਚੋਕ ਤਾਂ ਛੋਟੀ ਮੋਟੀ ਚੱਲਦੀ ਰਹਿੰਦੀ ਆ ਹੈ ਨਾ ਸੋ ਤੁਹਾਨੂੰ ਕੀ ਲੱਗਦਾ ਕਿ ਇੱਕ ਸਕਸੈਸਫੁਲ ਰਿਲੇਸ਼ਨਸ਼ਿਪ ਦੇ ਲਈ ਕਿਹੜੀ ਕਿਹੜੀ ਚੀਜ਼ਾਂ ਨੇ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਬਸ ਇੰਨੀ ਛੋਟੀ ਜਿਹੀ ਚੀਜ਼ ਹੈ ਤੁਸੀਂ ਅਗਲੇ ਦੀ ਸੁਣ ਲਓ ਆਪਣੀ ਵੀ ਸੁਣਾ ਲਓ ਹੈ ਨਾ ਮਨ 'ਚ ਗੱਲਾਂ ਨਾ ਰੱਖੋ ਈਜ਼ੀ ਹੋ ਜਾਂਦਾ ਕਿ ਮੈਂ ਕਹਿ ਦਾਂ ਕਿ ਮੈਨੂੰ ਇਸ ਗੱਲ 'ਤੇ ਖਿੱਜ ਚੜੀ ਅਗਲਾ ਕਹਿ ਦੇ ਕਿ ਮੈਨੂੰ ਇਹ ਗੱਲ ਬੁਰੀ ਲੱਗੀ ਤਾਂ ਆਪਾਂ ਸੁਧਾਰ ਲਾਂਗੇ ਬਹੁਤ ਸਿੰਪਲ ਜਿਹਾ ਲੌਜਿਕ ਹੈ ਹੋਰ ਕੁਛ ਨਹੀਂ ਚਾਹੀਦਾ ਮੈਰਿਜ ਸੋਸ਼ਲ ਮੀਡੀਆ ਤੇ ਵੀ ਕੈਮਿਸਟਰੀ ਦੇਖੀ ਦੀ ਅਸੀਂ ਨਾ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਹਾਂ ਉਹ ਤੇ ਆਬਵੀਅਸਲੀ ਬਹੁਤ ਸਾਰੇ ਕਮੈਂਟਸ ਇਦਾਂ ਦੇ ਵੀ ਹੁੰਦੇ ਨੇ ਵੀ ਕਪਲ ਗੋਲਸ ਸੈੱਟ ਕਰਦੇ ਹੋ ਉਹਨਾਂ ਲਈ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਕੇ ਇਨਸਪਾਇਰ ਹੁੰਦੇ ਨੇ ਤੁਹਾਡੀ ਜੋੜੀ ਨੂੰ ਦੇਖ ਕੇ ਇਨਸਪਾਇਰ ਮੈਂ ਸਿਰਫ ਇੰਨਾ ਕਹਿਣਾ ਚਾਹਾਂਗੀ ਕਿ ਪੇਸ਼ੈਂਸ ਰੱਖੋ ਹੈ ਨਾ ਅਸੀਂ ਬਹੁਤ ਉਤਰਾਵ ਚੜਾਵ ਇਕੱਠੇ ਦੇਖੇ ਹੈ ਤਾਂ ਜਾ ਕੇ ਉਹ ਰਿਸ਼ਤਾ ਗੂੜਾ ਹੋਇਆ ਅਤੇ ਜਦੋਂ ਜਦ ਤੱਕ ਤੁਸੀਂ ਇਹ ਚੀਜ਼ਾਂ ਨੂੰ ਗੋ ਥਰੂ ਨਹੀਂ ਕਰਦੇ ਲਾਈਫ 'ਚ ਉਦ ਤੱਕ ਉਹ ਰਿਲੇਸ਼ਨਸ਼ਿਪ ਸਟਰੋਂਗ ਨਹੀਂ ਬਣਦਾ ਮੈਂ ਬਸ ਪੇਸ਼ੈਂਸ ਇਜ਼ ਦ ਕੀ ਬੀਂਗ ਇਨ ਦਿਸ ਇੰਡਸਟਰੀ ਅਸੀਂ ਸੁਣੀਦਾ ਆ ਕਿ ਜਿਹੜੇ ਇਸ ਇੰਡਸਟਰੀ ਦੇ ਲੋਕ ਹੁੰਦੇ ਨੇ ਸਪੈਸ਼ਲੀ ਐਕਟਰਸ ਹੁੰਦੇ ਨੇ ਚਾਹੇ ਉਹਨਾਂ ਦਾ ਸ਼ਡਿਊਲ ਜਦੋਂ ਉਹਨਾਂ ਕੋਲ ਕੰਮ ਹੁੰਦਾ ਆ ਤਾਂ ਬਹੁਤ ਜ਼ਿਆਦਾ ਸ਼ਡਿਊਲ ਬਿਜ਼ੀ ਹੋ ਜਾਂਦਾ ਅਤੇ ਉਹ ਫੈਮਿਲੀ ਨੂੰ ਟਾਈਮ ਨਹੀਂ ਦੇ ਸਕਦੇ ਰਾਈਟ ਅਤੇ ਜਦੋਂ ਉਹਨਾਂ ਕੋਲ ਕੰਮ ਨਹੀਂ ਹੁੰਦਾ ਤਾਂ ਉਹ ਕਿਤੇ ਨਾ ਕਿਤੇ ਇੱਕ ਬੰਦੇ ਦੇ ਮਾਇੰਡ ਸੈੱਟ ਦੇ ਵਿੱਚ ਵੀ ਚੱਲ ਰਿਹਾ ਹੁੰਦਾ ਕਿ ਆਈ ਡੋਂਟ ਨੋ ਕਿ ਮੇਰੇ ਕੋਲ ਕੰਮ ਕਿਉਂ ਨਹੀਂ ਆ ਜਾਂ ਮਤਲਬ ਉਤਾਰ ਚੜਾਵ ਚੱਲਦੇ ਰਹਿੰਦੇ ਆ ਅਤੇ ਇੱਕ ਅਦਾਕਾਰ ਦੀ ਵਾਈਫ ਹੋਣਾ ਜਾਂ ਇੱਕ ਅਦਾਕਾਰਾ ਦਾ ਹਸਬੈਂਡ ਹੋਣਾ ਇਹ ਸਭ ਤੋਂ ਟਫ ਰਿਲੇਸ਼ਨਸ਼ਿਪ ਹੁੰਦੀ ਹੈ ਨਾ ਨਿਭਾਉਣ ਵਾਸਤੇ ਕੀ ਲੱਗਦਾ ਕਿ ਕਿਹੜੀ ਚੀਜ਼ ਹੈ ਜਿਹਨੇ ਹੋਲਡ ਔਨ ਕਰਨ ਦੀ ਲਾਈਕ ਪੇਸ਼ੈਂਸ ਦਿੱਤੀ ਹੋਈ ਹੈ ਐਂਡ ਮੋਸਟ ਬਿਊਟੀਫੁਲ ਚੀਜ਼ ਕੀ ਹੁੰਦੀ ਹੈ ਇੱਕ ਅਦਾਕਾਰ ਦੇ ਨਾਲ ਵਿਆਹ ਕਰਾਉਣ ਮੈਨੂੰ ਅਦਾਕਾਰੀ ਦੀ ਇੰਨੀ ਖਾਸੀਅਤ ਲੱਗਦੀ ਹੈ ਕਿ ਬੰਦੇ ਦੀ ਰੂਹ ਸੋਹਣੀ ਹੋ ਜਾਂਦੀ ਹੈ ਤੁਸੀਂ ਚੀਜ਼ ਨੂੰ ਲਾਈਫ ਨੂੰ ਨਾ ਚੰਗੀ ਤਰ੍ਹਾਂ ਮਹਿਸੂਸ ਕਰਦੇ ਹੋ ਉਹ ਸੁਪਰਫਿਸ਼ੀਅਲ ਲਾਈਫ ਨਹੀਂ ਜੀਂਦੇ ਤਾਂ ਉਹ ਐਕਚੁਅਲੀ ਬਹੁਤ ਹੈਲਪ ਕਰਦਾ ਕਿਉਂਕਿ ਉਹਨਾਂ ਨੂੰ ਇਹ ਗੱਲ ਰਿਅਲਾਈਜ਼ ਹੁੰਦੀ ਹੈ ਕਿ ਮੈਂ ਕਿਵੇਂ ਫੀਲ ਕਰ ਰਹੀ ਹੋ ਸਕਦੀ ਹਾਂ ਅਤੇ ਮੈਨੂੰ ਰਿਅਲਾਈਜ਼ ਹੁੰਦੀ ਹੈ ਕਿ ਉਹ ਕਿਵੇਂ ਫੀਲ ਕਰ ਰਹੇ ਹੋ ਸਕਦੇ ਹੈ ਕਿਉਂਕਿ ਕੰਮ ਦੇ ਪ੍ਰੈਸ਼ਰ ਹਰ ਇੰਡਸਟਰੀ 'ਚ ਹੈ ਬਟ ਜੇ ਅਸੀਂ ਸਿਮਿਲਰ ਕਿਤੇ ਫੀਲਡ 'ਚ ਆ ਜਾਈਏ ਤਾਂ ਇੱਕ ਦੂਜੇ ਦੀ ਪ੍ਰੋਬਲਮਸ ਨੂੰ ਸਮਝ ਲਈਏ ਉਹ ਲਾਈਫ ਨੂੰ ਨਾ ਐਕਚੁਅਲੀ ਬਹੁਤ ਈਜ਼ੀ ਕਰ ਦਿੰਦੀ ਹੈ ਐਂਡ ਦੈਟ ਹੰਬਲਸ ਯੂ ਡਾਊਨ ਹੈ ਨਾ ਆਸਮਾਨ 'ਤੇ ਨਹੀਂ ਚੜਿਆ ਰਹਿੰਦਾ ਤੁਹਾਡਾ ਦਿਮਾਗ ਕਿ ਲਾਈਫ ਹੰਬਲ ਕਰ ਦਿੰਦੀ ਹੈ ਕਿ ਅੱਜ ਹੈਗਾ ਅਤੇ ਕੱਲ੍ਹ ਨੂੰ ਨਹੀਂ ਵੀ ਹੋ ਸਕਦਾ ਪਰ ਜਦੋਂ ਆਏਗਾ ਰੱਬ ਨੇ ਮੇਅਰ ਕਰ ਹੀ ਦੇਣੀ ਹੈ ਤੁਸੀਂ ਲੁਧਿਆਣਾ ਦੇ ਬੋਰਨ ਹੋ ਇੰਡਸਟਰੀਅਲ ਸਿਟੀ ਹੈ ਉਹ ਆਫਟਰ ਦੈਟ ਤੁਸੀਂ ਆਸਟ੍ਰੇਲੀਆ ਗਏ ਉੱਥੇ ਦੀ ਲਾਈਫ ਬਿਲਕੁਲ ਡਿਫਰੈਂਟ ਹੈ ਮੁੰਬਈ ਨੂੰ ਅਸੀਂ ਕਹਿੰਦੇ ਹਾਂ ਬਹੁਤ ਫਾਸਟ ਸਿਟੀ ਹੈ ਬਟ ਇੱਦਾਂ ਦੇ ਐਂਬੀਅੰਸ ਦੇ ਵਿੱਚ ਰਹਿ ਕੇ ਵੀ ਦ ਪੇਸ਼ੈਂਸ ਯੂ ਹੈਵ ਹੈ ਨਾ ਇਹ ਬਹੁਤ ਮੈਨੂੰ ਲੱਗਦਾ ਰੇਅਰ ਹੁੰਦਾ ਆ ਇਹਦਾ ਕੀ ਰਾਜ਼ ਹੈਗਾ ਇਹਦਾ ਰਾਜ਼ ਹੈਗੀ ਹੈ ਮੇਰੀ ਮਾਂ ਉਹਨਾਂ ਨੂੰ ਪੂਰੀ ਲਾਈਫ ਮੈਂ ਸਿਰਫ ਚੁੱਪ ਪੇਸ਼ੈਂਸ ਨਾਲ ਕੰਮ ਕਰਦੇ ਦੇਖਿਆ ਕੰਮ ਕਰਦੇ ਸੁਣਿਆ ਸੋ ਉਹ ਕਿਤੇ ਨਾ ਕਿਤੇ ਅਡੈਪਟੇਸ਼ਨ ਆ ਗਈ ਹੈ ਉਸ ਗੱਲ 'ਚ ਲਿਟਰਲੀ ਮੇਰੀ ਪੇਸ਼ੈਂਸ ਦਾ ਹੋਰ ਕੋਈ ਰਾਜ਼ ਨਹੀਂ ਹੈਗਾ ਸਿਰਫ ਮੰਮਾ ਅੱਜ ਆ ਰਿਹਾ ਬੱਬਰ ਲਈ ਇੱਕ ਸਪੈਸ਼ਲ ਦਿਨ ਹੈ ਕਹਿੰਦੇ ਹੁੰਦੇ ਨਾ ਕਿ ਅੱਜ ਦਿਨ ਹੈ ਲਾਈਕ ਅੱਜ ਲਾਈਮ ਲਾਈਟ 'ਚ ਵੀ ਹੈ ਅੱਜ ਪਿਆਰ ਵੀ ਮਿਲ ਰਿਹਾ ਬਲੈਸਿੰਗਸ ਵੀ ਮਿਲਣੀਆਂ ਬਹੁਤ ਸਾਰੇ ਦਰਸ਼ਕਾਂ ਨੇ ਜਦੋਂ ਫਿਲਮ ਨੂੰ ਦੇਖਣਾ ਆ ਹੈ ਨਾ ਅੱਜ ਆ ਰਹੇ ਲਈ ਕੀ ਕਹਿਣਾ ਚਾਹੇਗੀ ਜੈਸਮਿਨ ਮੈਂ ਜਾ ਰਹੇ ਲਈ ਸਿਰਫ ਇੰਨੀ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੂੰਗੀ ਕਿ ਤੁਸੀਂ ਘਰ ਵਾਪਸ ਆ ਗਏ ਹੋ ਤਾਂ ਜ਼ਰੂਰ ਇੱਥੇ ਹੀ ਰਹੋ ਇਹ ਤੁਹਾਡਾ ਘਰ ਹੈ ਦੈਟਸ ਅ ਬਿਗ ਥਿੰਗ ਥੈਂਕ ਯੂ ਦੇਸੀ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਹਮੇਸ਼ਾ ਬੜਾ ਸਾਥ ਦਿੱਤਾ ਭੈਣ ਮੇਰੀਏ ਅਤੇ ਫਿਲਮ ਸਾਡੀ ਅੱਜ ਰਿਲੀਜ਼ ਹੋ ਗਈ ਜੀ 22 ਨਵੰਬਰ ਨੂੰ ਹੇ ਸੀਰੀ ਵੇ ਸੀਰੀ ਜ਼ਰੂਰ ਦੇਖੋ ਫਿਲਮ ਕਿਹੋ ਜਿਹੀ ਹੈ ਇਹ ਉਹਨਾਂ ਆਡੀਅੰਸ ਨੂੰ ਪੁੱਛ ਕੇ ਤੁਹਾਨੂੰ ਦੱਸ ਦੇਣਗੇ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਜਿੰਦਾਬਾਦ ਅੱਛਾ ਤੁਸੀਂ ਡਾਇਲੋਗ ਕਿਹਾ ਵੀ ਅਸੀਂ ਤਾਂ ਸੌਰੀ ਨਹੀਂ ਕਹਿੰਦੇ ਹੁੰਦੇ ਜਨਾਨੀਆਂ ਨੂੰ ਅਸਲ ਜ਼ਿੰਦਗੀ 'ਚ ਕੌਣ ਪਹਿਲਾਂ ਸੌਰੀ ਕਹਿੰਦਾ ਤੁਹਾਡੇ
ਡਾਇਲੋਗ ਆਉਂਦਾ ਨਾ ਵੀ ਅਸੀਂ ਸੌਰੀ ਨਹੀਂ ਕਹਿੰਦੇ ਹੁੰਦੇ ਤੇ ਅਸਲ ਜ਼ਿੰਦਗੀ ਦੇ ਵਿੱਚ ਜਿਹੜਾ ਨਾ ਖਿਮਾ ਜਾਚਕਾ ਕਰ ਲੈਣੀ ਮਾਫ਼ੀ ਮੰਗ ਲੈਣੀ ਸੌਰੀ ਕਰ ਲੈਣਾ ਕੋਈ ਏਡੀ ਵੱਡੀ ਗੱਲ ਨਹੀਂ ਸੌਰੀ ਜਿਹੜਾ ਮੰਗਣ ਵਾਲਾ ਬੰਦਾ ਉਹ ਸਗੋਂ ਵੱਡਾ ਹੁੰਦਾ ਮੇਰੇ ਸਾਹਮਣੇ ਤੇ ਸੌਰੀ ਮੰਗ ਲੈਣੀ ਚਾਹੀਦੀ ਹੈ ਥੈਂਕ ਯੂ ਸੌਰੀ ਫਿਲਮ ਦੀ ਸਟਾਰਕਾਸਟ ਦੇ ਨਾਲ ਕੀਤੀ ਹੈ ਜੀ ਗੱਲਬਾਤ ਸਕਰੀਨਿੰਗ ਦਾ ਮਾਹੌਲ ਤੁਹਾਨੂੰ ਦਿਖਾਇਆ ਅਸੀਂ ਫਿਲਮ ਦੀ ਵੇਖੀਏ ਕਾਫ਼ੀ ਇੰਜੋਏ ਕੀਤਾ ਫਿਲਮ ਨੂੰ ਵੇਖਦੇ ਹੋਏ ਕਿਉਂਕਿ ਕਾਫ਼ੀ ਐਂਟਰਟੇਨਿੰਗ ਫਿਲਮ ਹੈ ਤੁਹਾਨੂੰ ਕਾਫ਼ੀ ਇੰਜੋਏ ਕਰਵਾਏਗੀ ਇਹ ਫਿਲਮ ਕਾਫ਼ੀ ਐਂਟਰਟੇਨ ਕਰੇਗੀ ਸਭ ਤੋਂ ਵੱਡੀ ਗੱਲ ਹੈ ਇੱਕ ਪਰਿਵਾਰਕ ਫਿਲਮ ਹੈ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਵੇਖ ਸਕਦੇ ਹੋ ਜੱਟ ਅਤੇ ਸਿਰੀ ਦੇ ਰਿਸ਼ਤੇ ਨੂੰ ਦਰਸਾਉਂਦੀ ਹੋਈ ਫਿਲਮ ਹੇ ਸਿਰੀ ਵੇ ਸਿਰੀ ਪਰਿਵਾਰਕ ਰਿਸ਼ਤਿਆਂ ਨੂੰ ਵੀ ਦਰਸਾਉਂਦੀ ਹੈ ਫਿਲਮ ਦੇ ਨਾਲ ਕੌਮਿਕ ਐਂਗਲ ਹੋਣ ਦੇ ਨਾਲ ਨਾਲ ਕਿਤੇ ਨਾ ਕਿਤੇ ਇੱਕ ਇਮੋਸ਼ਨਲ ਐਂਗਲ ਵੀ ਐਡ ਕੀਤਾ ਗਿਆ ਜੋ ਤੁਹਾਨੂੰ ਕਾਫ਼ੀ ਜ਼ਿਆਦਾ ਪਸੰਦ ਆਉਣ ਵਾਲਾ ਹੈ ਸੋ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਅੱਜ ਤੋਂ ਯਾਨੀ ਕਿ 22 ਨਵੰਬਰ ਤੋਂ ਪਹੁੰਚ ਚੁੱਕੀ ਹੈ ਫਿਲਮ ਹੇ ਸਿਰੀ ਵੇ ਸਿਰੀ ਸੋ ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਹੰਸ ਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ